सोही साहब सरकारी मुलाजमान के ना रोंग नंबर नहीं लाई दा इन्हों ने कड़ा कद्दू करना जाके ये बैंक जी खड़ा गुस्सा ना करी गल लगे मेरा ट्रैक्टर बैंक चुप कर जा उ बोली जाना आज सोही दा मुंडा है आसी चलो मुंडा आ गया हुण कोई ढंग दी गल तां करू की गंद पाया गुप्ता तीरे किदन जाके मुंह आ जाने हो सारा कर्ज ही लिया बैंक तों कोई मुलदा ही लैणा सानू बैंक ने गल सुण संधुआ जे ट्रैक्टर कनी झाके मैं गट्टे वड़ दूं साले दे तमीज नाल गल कर काका नाम आज्ञापाल ते गल्ला हुकम ठोक सिंह वालियां चलो गुप्ता साहब मारो सेल्फ ट्रैक्टर नूं सूबेदार साहब गल करो ना बैंक वाले भाई साहब मौत पर बंदियां दी भी गल सुन लो ਇਹਨਾਂ ਨੂੰ ਹਫ਼ਤੇ ਦੀ ਮੌਲਤ ਹੋਰ ਦੇ ਦਿਓ ਲੜਕਾ ਤਾਂ ਹਲੇ ਨਿਆਣਾ ਹੈ ਲੈ ਮੈਂ ਤਾਂ ਲਵਾ ਵੀ ਝੋਟੀ ਦੀਆਂ ਗੋਡਣੀਆਂ ਮੈਂ ਕਿਹੜੇ ਪਾਸੋਂ ਨਿਆਣਾ ਓਏ ਓਏ ਸੂਬੇਦਾਰਾ ਮੇਰਾ ਪੁੱਤ ਗੱਭਰੂ ਆਇਆ ਨਿਆਣਿਆਂ ਨੂੰ ਕਿਤੇ ਗਾ ਭੀਮ ਨੂੰ ਕੀ ਜੋਗੇ ਦਾ ਦੇਖੋ ਜੀ ਅਸੀਂ ਹੈਗੇ ਸਰਕਾਰੀ ਨੌਕਰ ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਕਰਨਾ ਨਾਲੇ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ ਓਏ ਚੀਜ਼ ਨੂੰ ਗਾ ਇਹ ਟੋਫੀ ਆ ਇਹ ਟਰੈਕਟਰ ਹੈ ਟਰੈਕਟਰ ਜੱਟ ਦਾ ਓ ਜੱਟ ਮਰਦਾ ਮਰਦੂ ਟਰੈਕਟਰ ਨਹੀਂ ਜਾਣ ਦਿੰਦਾ ਮਰਦੂ ਨਹੀਂ ਪੁੱਤ ਮਾਰ ਦੂੰ ਇੱਕ ਤੇ ਬਾਜੂ ਬਾਬੂਆਂ ਦੇ ਸੋਹੀ ਸਾਹਿਬ ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗ ਡਾਟ ਜਾਂ ਜ਼ਿੱਦ ਦਾ ਨਹੀਂ ਹੈ ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ ਦੇਖੋ ਮਰਜ਼ੀ ਦੀ ਗੱਲ ਇੱਕ ਮਿੰਟ ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਂਦੋ ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ ਦੇਖੋ ਜੀ ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ ਮਾਟਰ ਜੀ ਇਹ ਮਰੰਗ ਚਿੱਠੀਆਂ ਨੇ ਇਹਨਾਂ ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ ਅਸੀਂ ਜੇ ਕੁਝ ਲਿਹਾਜ਼ ਹੋ ਸਕਦਾ ਤਾਂ ਬਸ ਸਾਡਾ ਪਿੰਡ ਵਾਲਿਆਂ ਦਾ ਇਮਾਨ ਰੱਖ ਲਓ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਬੰਦੇ ਨੂੰ ਬੋਲਣ ਦੀ ਤਮੀਜ਼ ਤਾਂ ਹੋਣੀ ਚਾਹੀਦੀ ਆ ਨਾ ਚਲੋ ਜੇ ਇਹ ਇਸ ਵੇਲੇ ਬੁਰੇ ਤਰੀਕੇ ਨਾਲ ਗੱਲ ਕਰ ਰਹੇ ਨੇ ਤੁਸੀਂ ਘੱਟੋ ਘੱਟ ਇਹਨਾਂ ਦਾ ਭਲਾ ਕਰ ਦਿਓ ਜੀ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕਿਛ ਪਾਏ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਕਰ ਲੈਂਦੇ ਆ ਪਰ ਮੈਂ ਇੱਕ ਗੱਲ ਦੱਸਦਾ ਅਸੀਂ ਇੱਕ ਹਫ਼ਤੇ ਦੀ ਮੁਹਲਤ ਦਿੰਦੇ ਹਾਂ ਜੇ ਸਾਡੀਆਂ ਕਿਸ਼ਤਾਂ ਨਾ ਪਹੁੰਚੀਆਂ ਤਾਂ ਅਸੀਂ ਟਰੈਕਟਰ ਚੱਕ ਕੇ ਲੈ ਜਾਾਂਗੇ ਚਲੋ ਸੰਧੂ ਸਾਹਿਬ ਚਲੋ ਬਹੁਤ ਤੂੰ ਐ ਕਰੀ ਓਏ ਬੜੀ ਮਿਹਰ ਹਫ਼ਤੇ ਬਾਅਦ ਹੀ 4 ਮਹੀਨੇ ਬਾਅਦ ਆ ਜੀ ਜੱਟ ਦਾ ਸਟੈਂਡ ਇਹੀ ਰਹੂਗਾ ਸੋਹੀ ਸਾਹਿਬ ਜੱਟ ਦਾ ਸਟੈਂਡ ਤਾਂ ਚਾਹੇ ਉਹੀ ਰਹੇ ਪਰ ਟਰੈਕਟਰ ਦਾ ਸਟੈਂਡ ਤਾਂ ਹੁਣ ਬੈਂਕ ਚ ਹੀ ਲੱਗੂ ਭਾਵੇਂ ਗੁੱਸੇ ਹੀ ਗੱਲ ਜੀ ਉਹ ਗੱਲ ਦਾ ਇੱਕ ਬੱਦੀ ਮਰ ਜਾਏਗਾ ਮੇਰੇ ਹੱਥੋਂ ਬਿੰਦਰ ਭੈਣ ਹਾਂਜੀ ਵੀਰੇ ਭੈਣੇ ਤੁਸੀਂ ਚਾਹ ਬਹੁਤ ਸਵਾਦ ਬਣਾਉਂਦੇ ਹੋ ਫੇਰ ਨਹੀਂ ਮੈਂ ਤਾਂ ਉਹੀ ਦੱਸਿਆ ਹੈ ਬਈ ਚਾਹ ਬਹੁਤ ਸਵਾਦ ਬਣਾਉਂਦੇ ਹੋ ਤੁਸੀਂ ਚਾਹ ਤਾਂ ਮੈਂ ਬਣਾ ਦਿੰਦੀ ਹਾਂ ਵੀਰੇ ਪਰ ਤੁਸੀਂ ਚਾਹ ਘੱਟ ਪੀਆ ਕਰੋ ਇਹਦੇ ਨਾਲ ਤਾਂ ਤੁਸੀਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ ਚਾਹ ਤਾਂ ਮੈਂ ਬਣਾ ਦਿੰਦੀ ਹਾਂ ਪਰ ਤੁਸੀਂ ਇੰਨੀ ਚਾਹ ਨਾ ਪੀਆ ਕਰੋ ਇਹਦੇ ਨਾਲ ਤਾਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ ਬਈ ਤੂੰ ਕਿਆ ਹੁਕਮ ਚਾੜਦਾ ਰਹਿਣਾ ਇਹਨੂੰ ਇਹ ਤਾਂ ਪਹਿਲੇ ਨਹੀਂ ਆਰਾਮ ਨਾਲ ਬਹਿੰਦੀ ਬਾਣੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾ ਤੂੰ ਆ ਕੱਪੜੇ ਕੁਪੜੇ ਧੋਣ ਦਾ ਕੰਮ ਨਾ ਕਰਿਆ ਕਰ ਪੋਤੇ ਦੀ ਦਾਦੀ ਬਣਾਉਣਾ ਤੂੰ ਮੈਨੂੰ ਪੋਤੇ ਦੀ ਆ ਮੇਰੀ ਧੀ ਆਰਾਮ ਕਰ ਲੈ ਮੈਂ ਤਾਂ ਪੋਤੇ ਦਾ ਨਾਂ ਵੀ ਸੋਚ ਰੱਖਿਆ ਕੁਲਤਾਰ ਰੱਖੂ ਕੁੱਲ ਨੂੰ ਤਾਰੂ ਪੀਰ ਦੀ ਸੁੱਖ ਸੁੱਖੀ ਹੈ ਤੇ ਡੇਰੇ ਵਾਲੇ ਸਾਧ ਦੇ ਵੀ ਲੰਗਰ ਕਰਨਾ ਸੁੱਖ ਕੇ ਆਈ ਆ ਪੀ ਜੀ ਬੱਚਾ ਜੋ ਵੀ ਹੋਵੇ ਕੁਦਰਤ ਦੀ ਦੇਣ ਆ ਬੱਚਾ ਤੇ ਬੱਚਾ ਹੀ ਹੈ ਨਾ ਕੁਦਰਤ ਦੀ ਐਸੀ ਦੀ ਤੈਸੀ ਜੰਮਣਾ ਤਾਂ ਤੂੰ ਹੈ ਨਾ ਨਾ ਮੈਂ ਨਹੀਂ ਜੰਮੇ ਦੋ ਸ਼ੇਰਾਂ ਵਰਗੇ ਕੁੜੀ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ ਸੋਚੇ ਵੀ ਮੁੰਡੇ ਤੇ ਜੰਮੇ ਵੀ ਮੁੰਡੇ ਬੇ ਤੂੰ ਕੀ ਝਾਕਦਾ ਕੋਠੇ ਤੇ ਖੜਾ ਪਾਪਾ ਤਾਂ ਤੁਰ ਗਿਆ ਤੇਰਾ ਪੋਤੇ ਨੂੰ ਤਰਸਦਾ ਪਰ ਮੈਂ ਨਹੀਂ ਮਰਨਾ ਪੋਤਾ ਖੜਾ ਹੋਏ ਬਿਨਾ ਕਹਿੰਦੇ ਇਹਨੂੰ ਬੋਲ ਗੁਰਮੁਖਾ ਬੋਲ ਗੁਰਮੁਖਾ ਓ ਗੁਰਮੁਖਾ ਕਿੱਥੇ ਦੀ ਟਿਕਟ ਕਟਾਈ ਹੋਈ ਹੈ ਚਾਹ ਉੱਪਰ ਆਏ ਕਿ ਤੂੰ ਥੱਲੇ ਆਏਗਾ ਮੈਂ ਆਉਣਾ ਜੀ ਨਾਲੇ ਅੱਜ ਦੀ ਰੋਟੀ ਵੀ ਸਾਡੇ ਵੱਲ ਹੀ ਖਾ ਲਈ ਬਿੰਦਰ ਨੇ ਸਾਗ ਤਰਿਆ ਹੋਇਆ ਹੈ ਜੀ ਨਾਲੇ ਬਾਬੇ ਦੀ ਬਾਣੀ ਦੇ ਲੜ ਕਿੰਨੇ ਕੁ ਵਜੇ ਲੱਗਣਾ ਹੈ ਬਾਣੀ ਦਾ ਲੜ ਤੇ ਹੁਣ ਕਦੇ ਛੱਡਿਆ ਹੀ ਨਹੀਂ ਜਾਣਾ ਜੀ ਹੈ ਕੀ ਕਿਹਾ ਮੈਂ ਕਿਹਾ ਜੀ ਮੈਂ ਖਾ ਲਾਂਗਾ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਿਖਦਾ ਕਿਹੜਾ ਕਿਹੜਾ ਮੇਰੀ ਜਾਨ ਦਾ ਦੁਸ਼ਮਣ ਓਏ ਲਾਟਰੀ ਇਹ ਚਿੱਠੀ ਤੈਨੂੰ ਨਹੀਂ ਆਈ ਕਿਸੇ ਦੀ ਚਿੱਠੀ ਪੜਨਾ ਬੇਈਮਾਨੀ ਭਾਈ ਪੌਂਗ ਤੁਸੀਂ ਦੱਸੋ ਹੁਣ ਕੀ ਕਰਾਂ ਮੈਂ ਹੈ ਸੌਂ ਜਾ ਹੈ ਜੀ ਸੌਂ ਜਾ ਠੀਕ ਹੈ ਜੀ ਗੁੱਡ ਨਾਈਟ
सतनाम रहे गुरु पता नहीं कौन लिखता है चिट्ठी ना जान ओए लॉटरी सो जा नहीं तो मैं थल्ले आके तौड़ी ला देनी है सॉरी सॉरी भाई आ गुरमुख पहला ट्रांसपोर्ट महकमे च काम करता ही क्यों की होया आ देखो ना कदे ट्रेन बन जांदा कदे बस बन जांदा वैसे नीतू मैडम है की भुल्लर सर मेनू तो जमा ही मेंटल लगता है। सर जी होंडा सौदा पत्ता वध लगन लग गया जदों दे नवे सार आए ने जवाका दी हाजरी भी वध गई हुण ना तुसी चौला चौला च कुंडी घट लाया करो जी हां इत्थों हौली नहीं बोल हुंदा कुंडी घट लाया करो कुंडी घट लाया करो मैडम मैं 2 मिनट तक चौक ते जाके आया बस मैं क्या ते आया तुसी जद तक ट्रेन नू झंडी दियो कुंडी ना लाया करो चलो जी हुण तां रोटी खाण वाले आउणगे जी बस 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 स्टॉप 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 अच्छा बच्चे कल मैनू पता ऐतवार है ठीक है ना छुट्टी तो देना है पर तुसी सारे ने कुछ घंटे कढ़ने हैं बगीचे वास्ते आओगे सारे असी नहीं आना सर जी क्यों कल्ला रे साथ दा मेला है सर जी फिर सारा पिंड ही जांदा सर जी अच्छा सारा पिंड जांदा है हां जी फिर तुसी क्यों नहीं जाना तुसी भी जाओ सारे थैंक यू सर जी सर मैं आ जाऊंगा जी स्कूले क्यों पुत तू नहीं जाना मेले ए किदे नाल जाओगे सर जी एदी मम्मी तो चुप-चुप जी रहंदी है ते इहदे डैडी इहनां नूं छड्ड के भज गया नहीं बजे डैडी मेरे नहीं बजे मेरी मम्मी कहती है मेरा डैडी पक्का आऊगा मेरा डैडी सर जी तुसी भी देख लियो पक्का आऊगा मेरा जाओ बच्चे नानक निर्गुण गुण करे गुणवंतियां गुण दे बाणी हां जी तू सारा दिन बाणी पढ़ती अखती नहीं गुरमुख जी जेड़े कारज तो इन्नी खुशी ते सुकून मिलदा होवे ओ ता अकेवें ते थकेवें नूं नेड़े नहीं लगन दिंदा तुसी वेख्यो जिस दिन थोनू बाणी दा ज्ञान हो गया ना उस दिन बहुत सारे सवाल हल हो जाने अच्छा जी हां जी हां ना जी ना सवाल ता ओदे हल होणगे जदों पोता हो अज ही दोनों जने शहर जाओ ते टेस्ट करवा के आओ डॉक्टर ने ना सारी गल हो गई है टेस्ट ता हो ही हो जे कुड़ी होई ता सफाई भी हो बेबी ना 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 बोलना नहीं सिर्फ समझना है ते अमल करना है समझ गए दोवे जी बेबी 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 मास्टर जी मास्टर जी हाँ जी हाँ, हाँ जी क्या बात सुख तो है हाँ जी सुख है जी इधर आओ आओ इधर बैठो माफी चाहना सूबेदार साहब पता नहीं अपने केड़े ख्यालों के वहना च बह गया सी तुहानू सुन ही नहीं सकिया मास्टर जी कई गल्लां कई दुख घटनावां इह जिहियां हुंदियां है जो बंदे तो उहदा आपा खोलन दियां है ए मेरी बेटी बिंदर किसी टाइम चुप ही नहीं सी रहिंदी मैं उहनूं रेडियो कहिंदा हुंदा सीगा हुण देख लो हालात ने ऐसा म्यूट दा बटन दबिया है कि मेरी बेटी मिट्टी दी गुड्डी बन के रह गई है सुखी बिंदर दे घर आला जदों ही राग गया है बहुत खुश सी तीसरे दिन उहदा फोन आ जाना बड़ी खुशी दे दिन निकले हो अज आंदा है कल आंदा है कहिंदे ने कई साल लगाते पर वो आया नहीं मुड़ के हुण तां 10 महीने हो गए हैं ना उहदा कोई फोन आया ना कोई चिट्ठी पत्र कोई कहिंदा है ओ अमेरिका नूं निकल गया है कोई कहिंदा है इराक च अतवादी है ने पता ही नहीं लगदा समझ ही नहीं पैंदी
सूबेदार साहब घबराहट तो होंगी है फिर बंदे नूं कुछ माड़ा सोच के। बरखुरदार फौजी हाँ, घबराहट तक कदे कातर दी जंग च नहीं हुई मैनू, जिथे ए सीना छली हो सकता सी। दीदा विन्य कलेजा बर्दाश्त नहीं होता मैं तो। बिंदर मेरे सामने तो चुप चुप जी रहती है, पर मैं जानता है कि जिन्नी वो शांत दिसदी है उन्नी है नहीं। मास्टर जी मैं प्यो है उदा जानता है सब कुछ, किवे लुक लुक रोंदी है वो। सुखी सुखी मुक गया उम्मीदा रब दा पाड़ा है, पर तो खबरदाश्त नहीं होना मेरी थी तो। बड़ा प्यार कर दिया उस सुखी नु। सुखीदार साहब तुसी इदा करते चंगे नहीं लगते। नानक चिंता मत करो, चिंता तिस ही है जल में जंत उपायन, तिना भी रोजी दे।